श्री वाहे गुरु साहेब जी, श्री नानक परशोत्तम परम परावर नाथ युगल चरण मम बंदना तर पर तर कर माथ। गुरु नानक पाद पंकज बंदन पाद पंकज सिमरंगद दोख निकंदन अमरदास गुर हृदय ध्यावो श्री गुरु रामदास गुण गावो गुरु अर्जन बिगनन के नासक श्री गुरु हर गोबिंद सोब समत पर कासक गुरु हर राय नमो कर जोरी नमो कर श्री हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह विशाला तरुण तरा पर पुन सीसा बंदो बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदा कर अनुराग श्री गुर शब्द कमाए जन जीते पंच बेकार तिन संतन को बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सोए। सतनाम श्री वाहे गुरु साहिब जी। कबित अंतक की पासन बचाए निज दासन को हाथ में सरासन अरूढ़त तरंग के कमल बिलसाल दल लोचन दयाल कल लोकन बिलोक कै अशोक करे संग के अंतक की पासन बचाए निज दासन को।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜਾਗਦੀ ਜੋਤ ਦਸ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਦਇਆ ਸਦਕਾ ਪਵਿੱਤਰ ਸਤਸੰਗਤ ਦੀਆਂ ਕੜੀਆਂ ਸਵਾਸਾਂ ਦੇ ਸਫਲ ਕਰਨ ਨੂੰ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜਸ ਆਓ ਮਨ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਮੰਗਲਾ ਚਰਨ ਕਵੀਰਾਜ ਜੀ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸਦਿਆਂ ਹੋਇਆਂ ਕਵੀਰਾਜ ਜੀ ਨੇ ਜੋ ਕੱਲ੍ਹ ਦੇ ਦਿਨ ਕਥਾ ਆਈ, ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਨੇ ਸੱਚੇ ਪਾਤਸ਼ਾਹ ਧਰਮ ਦਾ ਰਾਜ ਸਥਾਪਿਤ ਕੀਤਾ। ਮਹਾਰਾਜ ਆਪਣੇ ਪਰਿਵਾਰ ਦਾ ਬਲੀਦਾਨ ਦੇ ਕਰਕੇ ਹਿੰਦ ਦੀ ਰੱਖਿਆ ਕੀਤੀ। ਸੱਚੇ ਪਾਤਸ਼ਾਹ ਹਿੰਦ ਨੂੰ ਬੁਲੰਦ ਕੀਤਾ, ਵੱਡਿਆਂ ਕੀਤਾ, ਜੀਆਂ ਦੇ ਪਾਪ ਨਾਸ਼ ਕੀਤੇ। ਸੱਚੇ ਪਾਤਸ਼ਾਹ ਸਦੀਆਂ ਤੋਂ ਗੁਲਾਮੀ ਝੱਲਦੇ ਆ ਰਹੇ ਲੋਕ, ਆਪ ਜੀ ਨੇ ਸੱਚੇ ਪਾਤਸ਼ਾਹ ਆਜ਼ਾਦੀ ਦਾ ਸਾਹ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕੀਤਾ। ਜਿਹੜੇ ਗਿੱਦੜ ਸਨ ਸੱਚੇ ਪਾਤਸ਼ਾਹ ਲੜ ਨਹੀਂ ਸੀ ਸਕਦੇ, ਮਹਾਰਾਜ ਉਹਨਾਂ ਨੂੰ ਸ਼ੇਰਾਂ ਵਰਗੇ ਬਲਵਾਨ ਕਰ ਦਿੱਤਾ, ਕੀੜੀਆਂ ਤੋਂ ਹਾਥੀ ਵਰਗੇ ਮਜ਼ਬੂਤ ਕਰ ਦਿੱਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਗਰੜ ਦੀ ਤਰ੍ਹਾਂ ਐਸੇ ਬਲਵਾਨ ਕਰ ਦਿੱਤੇ, ਜ਼ਾਲਮਾਂ ਦੇ ਜ਼ੁਲਮ ਦੀ ਜ਼ਹਿਰ ਨੂੰ ਨਾਸ਼ ਕਰਨ ਵਾਲਾ ਖਾਲਸਾ ਪੰਥ ਆਪ ਜੀ ਨੇ ਪ੍ਰਗਟ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਮਨਾਉਂਦਿਆਂ ਹੋਇਆਂ ਕਵੀਰਾਜ ਜੀ ਨੇ ਜੋ ਕੱਲ੍ਹ ਜਿੱਥੇ ਕਬੇਤ ਦੀ ਸਮਾਪਤੀ ਹੋਈ ਸੀ ਬੇਨਤੀ ਕੀਤੀ ਸੀ, ਤੋਸੋ ਨਹੀਂ ਦਾਤਾ ਕੋਊ, ਮੋਸੋ ਨਾ ਭਿਖਾਰੀ ਦੀਨ, ਤੋਸੋ ਨਾ ਦਿਆਲ ਦੁਖੀ, ਮੋਸੋ ਨਾ ਅਲਾਈਏ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਵੀਰਾਜ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਵਰਗਾ ਕੋਈ ਦਾਤਾ ਨਹੀਂ, ਮੇਰੇ ਵਰਗਾ ਕੋਈ ਮੰਗਤਾ ਭਿਖਾਰੀ ਨਹੀਂ, ਸੱਚੇ ਪਾਤਸ਼ਾਹ ਆਪ ਵਰਗਾ ਕੋਈ ਦਿਆਲੂ ਨਹੀਂ, ਮੇਰੇ ਵਰਗਾ ਕੋਈ ਦੁਖੀ ਨਹੀਂ ਲੱਭਣਾ। ਇਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਵੀਰਾਜ ਜੀ ਨੇ ਬੇਨਤੀ ਕੀਤੀ। ਅਗਲਾ ਵੀ ਕਬਿੱਤ ਜਿਵੇਂ ਬੇਨਤੀ ਪੂਰਵਕ ਆ ਰਿਹਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਜਿਵੇਂ ਕਵੀਰਾਜ ਬੇਨਤੀ ਕਰ ਰਹੇ ਹਨ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬਿੱਤ ਅੰਤਕ ਕੀ ਪਾਸਨ ਬਚਾਏ ਨਿਜ ਦਾਸਨ ਕੋ। ਕਵੀਰਾਜ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਜੀ, ਜੋ ਅੰਤਕ ਜਮ ਹੈ, ਜਮ ਦੀ ਜੋ ਪਾਸਨ ਫਾਹੀ ਹੈ, ਮਹਾਰਾਜ ਆਪਣਾ ਦਾਸ ਜਾਣ ਕੇ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਜਮ ਦੀ ਫਾਹੀ ਤੋਂ ਬਚਾ ਲਓ। ਸੱਚੇ ਪਾਤਸ਼ਾਹ ਜਮ ਦੀ ਜੋ ਮੌਤ ਰੂਪੀ ਫਾਹੀ ਹੈ, ਮਹਾਰਾਜ ਆਪਣਾ ਸੇਵਕ ਜਾਣ ਕਰਕੇ ਸਾਡੀ ਰੱਖਿਆ ਕਰੋ। ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਆਪ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਹੋ, ਜਮਾਂ ਦੀਆਂ ਫਾਹੀਆਂ ਸੱਚੇ ਪਾਤਸ਼ਾਹ ਜੀ ਤੋੜ ਦੇਣ ਵਾਲੇ ਹੋ। ਹੱਥ ਮੈਂ ਸਰਾਸਨ ਅਰੂਢਤ ਤੁਰੰਗ ਕੇ। ਸੱਚੇ ਪਾਤਸ਼ਾਹ ਜੀ ਦਾ
दर्शन करते हुए ध्यान विच कबीरराज जी दे गुरु गोबिंद सिंह सच्चे पातशाह जी की प्यारी मूर्त बसी हुई है। सच्चे पातशाह जी का ध्यान विच दर्शन करते हुए नाले बेनतियां करते हैं, नाले सच्चे पातशाह जी दे जिहड़े सरूप का दर्शन करते हैं उस सरूप का निरूपण करते हैं। कैसा है सरूप सच्चे पातशाह जी का, जिस सरूप नू ध्यान विच कबीरराज टिका करके बेनती कर रहे हैं, दसदे हन कैसा स्वरूप है। हाथ में सरासन अरूढ़त तुरंग के, सच्चे पातशाह जी दे हाथ विच धनुष पकड़िया होया गरीब नवाज जी दे, ते महाराज सच्चे पातशाह नीले घोड़े ते सवार हन। सच्चे पातशाह जी गरीब नवाज सच्चे पातशाह जी घोड़े दे उत्ते सवार फब रहे है। गरीब नवाज सतगुरां जी दे हस्त कमल दे अंदर धनुष जिहड़ा है वह पकड़िया होया है। कमल विशाल दल लोचन दयाल कल, सच्चे पातशाह जी दे नेत्र कैसे है कविराज। कविराज कहिंदे है दया दयाल कर हन सच्चे पातशाह जी दे नेत्र, जिमें कमल फुल दियां विशाल चौड़ियां जिहड़ियां दल पत्ते पंखड़ियां हुंदियां हन, इवें चौड़े नेत्र गुरु गोबिंद सिंह सच्चे पातशाह जी महाराज जी दे कमल फुल दी तरह खिड़े हुए है, जिहड़े रस नाल भरे हुए रसीले नैण तहन गुरु गोबिंद सिंह सच्चे पातशाह जदों नेत्रां नाल तकदे है ऐसी दया हजूर दे नेत्रां तो वरदी है। सच्चे पातशाह जी महाराज कलयुग दी लुकाई वल जदों तकदे हन की कला वरतदी है कविराज दसदे हन। लोकन बिलोक कै अशोक करे संग के, जदों कलयुग दी लुकाई वल सतगुरु जी वेखदे है ना, जिधर जिधर नूं हजूर दी निगाह दा अमृत वरदा है सारे दुखियां दे दुख ही टुट जांदे है। महाराज सच्चे पातशाह दी निगाह शोक तो रहत कर देण वाली है। जिहड़े सतगुरु जी दे संगी हन महाराज जी की संगत करते हैं, भाई आलम सिंह जी वर्गे तन हन जिन्हों ये माण प्राप्त होया, तन गुरु गोबिंद सिंह सच्चे पातशाह जी महाराज के शीश के उपर चौर करते हैं। ऐसे रसीले नेत्र हन गुरु गोबिंद सिंह सच्चे पातशाह जी महाराज दे, जे महाराज तकते हैं बैठी हुई संगत वल सब निहाल हो जाते हैं, हजूर की निगाह पैंदियां ही दुखियां के दुख टुट जाते हैं, सारे शोक तो रहत हो जाते जदों सतगुरां जी की निगाह पैंदी है। ऐसी ही निगाह सच्चे पातशाह जी की महाराज की सैद खां दे उत्ते पई सी, जदों उसकी भैन बेगम नशीरा ने जो पीर बुद्धू शाह जी दे घरों सी उहदे कोल रुकिया सी ना दिल्ली आउंदा होया सडौरे, उस पुछिया सी कि वीर तू किधर जा रहे हैं। कहिंदा मैं आनंदपुर साहब चढ़ाई करके जा रहे हैं। बेगम नशीरा ने कहा भरा वीर श्री आनंदपुर साहब ते जिहड़ा चढ़ाई करके गया ज्यौंदा वापस नहीं आया, वो अल्लाह दा दरबार है, वो निरंकार दा घर वै, तू कित्थे चढ़ाई करके जा रहे हैं। तो वह सैद खां कहिंदा तू मैनू इहो जिहा पाठ ना पढ़ा, मैं गुरु गोबिंद सिंह साहब नू ज्यौंदा जां मुरदा पकड़न लई आया हाँ। जदों सैद खां नहीं मन्निया, अपनी मर्जी करदा होया जदों श्री आनंदपुर साहब दे उपर हमलावर होया, तो बेगम नसीरा ने अरदास कीती सी सच्चे पातशाह मैं ये नहीं कहिंदी कि आप मेरे वीर नू तीर ना मारियो, सच्चे पातशाह गरीब नवाज मेरी बेनती है इनू अपने पत्थे विचों कढ के तीर ना मारियो, इनू अपने नेत्रां दा तीर मार दियो सच्चे पातशाह, अपने निगाह नाल तक लियो सच्चे पातशाह, मेहर कर दियो। ये जदों बेगम नशीरा ने अरदास कीती जदों सच्चे पातशाह जी महाराज दे सामने होया सी मैदाने जंग दे अंदर, सैद खां मन दे अंदर लड़दा होया सोच रहा सी गुरु गोबिंद सिंह साहब कित्थे होणगे, क्योंकि पीर बुद्धू शाह जी कोलों भी महाराज दे सरूप बाबत सुनिया सीगा। मन ही मन सोचदा गुरु साहब कैसे लगदे होणगे, किस तरह दा सरूप होवेगा, इन्ना सोचदे सोच ही रहा सी कि सच्चे पातशाह जी महाराज घोड़े ते सवार गरीब नवाज सच्चे पातशाह जी सामने आ गए। लहू लिबड़ी हुई तलवार हाथ विच फड़ी हुई सैद खां दे जदों सतगुरां जी ने अमृत भरी निगाह नाल तकिया ते हाथ विचों तलवार छुटक गई। सच्चे पातशाह जी कहण लियो सैद खां तू चढ़ाई करके आया वार नहीं करदा,
ਘੋੜੇ ਤੋਂ ਉਤਰ ਕੇ ਸੈਦ ਖਾਂ ਨੇ ਹਜ਼ੂਰ ਦੇ ਚਰਨਾਂ 'ਤੇ ਆਪਣਾ ਸਿਰ ਰੱਖ ਦਿੱਤਾ। ਮਹਾਰਾਜ, ਮੈਂ ਆਪ ਦਾ ਮਰੀਦ ਹਾਂ, ਐਸੇ ਰਸੀਲੇ ਨੇਤਰ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ, ਜੇ ਦੁਸ਼ਮਣ 'ਤੇ ਵੀ ਅੰਮ੍ਰਿਤ ਦੀ ਨਿਗਾਹ ਪੈਂਦੀ ਹੈ ਤਾਂ ਉਹ ਦੁਸ਼ਮਣ ਵੀ ਸੱਚੇ ਪਾਤਸ਼ਾਹ ਜੀ ਦੇ ਚਰਨੀ ਆ ਕਰਕੇ ਲੱਗਦਾ ਹੈ। ਹੇ ਸੱਚੇ ਪਾਤਸ਼ਾਹ, ਕਲਯੁੱਗ ਦੇ ਜੀਆਂ ਦੇ ਤਿੰਨੇ ਤਾਪ ਆਪ ਜੀ ਦੀ ਨਿਗਾਹ ਨਾਲ ਹੀ ਨਾਸ਼ ਹੁੰਦੇ ਹੈ। ਸੱਚੇ ਪਾਤਸ਼ਾਹ, ਜਿਹੜੇ ਆਪ ਜੀ ਦੀ ਸੰਗਤ ਕਰਨ ਵਾਲੇ ਸੰਗੀ ਹੈ, ਆਪ ਜੀ ਦੀ ਅੰਮ੍ਰਿਤ ਭਰੀ ਨਿਗਾਹ ਨੂੰ ਪਾ ਕਰਕੇ ਨਿਹਾਲ ਹੁੰਦੇ ਹੈ। ਅੰਮ੍ਰਿਤ ਵਰਦ ਹੈ ਸੱਚੇ ਪਾਤਸ਼ਾਹ, ਆਪ ਜੀ ਦੇ ਲਾਜ ਭਰੇ ਨੇਤਰਾਂ ਤੋਂ ਦਇਆ ਦੇ ਘਰ ਹਨ ਆਪ ਜੀ ਦੇ ਨੇਤਰ। ਸੋਚਨ ਵਿਮੋਚਨ ਕੋ ਪੋਚਨ ਸੰਕੋਚੇ ਜਗ। ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੀ ਜਦੋਂ ਨਿਗਾਹ ਮਿਹਰ ਭਰੀ ਪੈਂਦੀ ਹੈ ਨਾ, ਗਰੀਬ ਨਵਾਜ ਜਿਹੜੇ ਆਪ ਦੀ ਦ੍ਰਿਸ਼ਟੀ ਥੱਲੇ ਆ ਜਾਂਦੇ ਹੈ, ਉਹਨਾਂ ਦੀਆਂ ਸਾਰੀਆਂ ਸੋਚਾਂ ਨੂੰ ਆਪ ਵਿਮੋਚਨ ਕੱਟ ਦਿੰਦੇ ਹੋ। ਸਾਰੀਆਂ ਚਿੰਤਾਵਾਂ ਜਿੰਨੇ ਝੋਰੇ ਅੰਦਰ ਹੁੰਦੇ ਹੈ, ਸਾਰੀਆਂ ਚਿੰਤਾਵਾਂ ਨੂੰ ਝੋਰਿਆਂ ਨੂੰ ਸੱਚੇ ਪਾਤਸ਼ਾਹ ਆਪ ਕੱਟ ਦਿੰਦੇ ਹੋ, ਨਾਸ਼ ਕਰ ਦੇਣ ਵਾਲੇ ਹੋ। ਇਸੇ ਪ੍ਰਕਾਰ ਹੀ ਸੋਚਨ ਵਿਮੋਚਨ ਕੋ ਪੋਚਨ ਸੰਕੋਚੇ ਜਗ। ਜਿਹੜੇ ਪੋਚਨ, ਜਿਹੜਾ ਫਾਰਸੀ ਵਿੱਚ ਦੁਸ਼ਟ ਨੂੰ ਇਸ ਪ੍ਰਕਾਰ ਜਿਹੜਾ ਕਿਹਾ ਜਾਂਦਾ ਹੈ, ਜਿਹੜਾ ਪੋਚਨ ਭਾਵ ਪੋਚੂ ਭਾਵ ਦੁਸ਼ਟ ਹੋਵੇ, ਇਸ ਪ੍ਰਕਾਰ ਕਹਿੰਦੇ ਜਿਹੜੇ ਦੁਸ਼ਟ ਹਨ ਨਾ ਜੱਗ ਦੇ ਅੰਦਰ, ਉਹ ਸੱਚੇ ਪਾਤਸ਼ਾਹ ਆਪਦਾ ਪ੍ਰਤਾਪ ਵੇਖ ਕਰਕੇ ਮਹਾਰਾਜ ਸਾਰੇ ਸੰਕੋਚ ਗਏ ਹੈ, ਡਰ ਗਏ ਹੈ, ਭੈ ਭੀਤ ਹੋ ਗਏ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਉਹ ਬਸੀਆਂ ਦਾ ਪਠਾਣ ਸੀਗਾ, ਉਹਨੂੰ ਇਹੋ ਜਿਹੀ ਸਜ਼ਾ ਦਿੱਤੀ ਸੀ, ਬ੍ਰਾਹਮਣ ਦੀ ਇਸਤਰੀ ਚੁੱਕ ਕੇ ਲੈ ਗਿਆ ਸੀ। ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਭੇਜ ਕੇ ਸੱਚੇ ਪਾਤਸ਼ਾਹ ਨੇ ਉਹਨੂੰ ਜਿਉਂਦਾ ਪਕੜ ਕੇ ਅਨੰਦਪੁਰ ਸਾਹਿਬ ਮੰਗਵਾਇਆ, ਅਤੇ ਹਜ਼ੂਰ ਨੇ ਫਿਰ ਸਜ਼ਾ ਦਿੱਤੀ ਸੀ। ਭਾਵੇਂ ਕਿ ਸਜ਼ਾ ਥੋੜ੍ਹੀ ਹੋਰ ਵੀ ਦੇ ਦਿੰਦੇ, ਪਰ ਸੱਚੇ ਪਾਤਸ਼ਾਹ ਨੇ ਦੂਸਰਿਆਂ ਨੂੰ ਸਬਕ ਸਿਖਾਉਣ ਲਈ ਸਜ਼ਾ ਦਿੱਤੀ। ਉਹਨੂੰ ਸੱਚੇ ਪਾਤਸ਼ਾਹ ਨੇ ਧਰਤੀ ਵਿੱਚ ਗੜਵਾ ਕੇ ਉੱਤੇ ਦਹੀਂ ਪਾ ਕੇ ਕੁੱਤਿਆਂ ਤੋਂ ਤੜਵਾ ਦਿੱਤਾ ਸੀ ਮਹਾਰਾਜ ਨੇ। ਤਾਂਕ ਜੰਮ ਗਈ ਸੀ ਸੱਚੇ ਪਾਤਸ਼ਾਹ ਜੀ ਦੀ, ਕੋਈ ਵੀ ਕਿਸੇ ਨਾਲ ਧੱਕਾ ਨਹੀਂ ਸੀ ਕਰਦਾ, ਕੋਈ ਜ਼ੁਲਮ ਨਹੀਂ ਸੀ ਕਰਦਾ। ਸਾਰੇ ਦੁਸ਼ਟ ਲੋਕ ਜਿਹੜੇ ਸੀ ਡਰ ਗਏ ਸੀ, ਭੈ ਭੀਤ ਹੋ ਗਏ ਸੀ, ਸੰਕੋਚ ਗਏ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਪਵਿੱਤਰ ਮੁਖਾਰ ਬਿੰਦ ਦਾ ਐਡਾ ਵੱਡਾ ਪ੍ਰਤਾਪ ਹੈ, ਦੁਖੀ ਲੋਕ ਜਿਹੜੇ ਆ, ਗੁਰੂ ਘਰ ਦੇ ਵੈਰੀ ਲੋਕ ਜਿਹੜੇ ਆ, ਉਹ ਸਾਰੇ ਸੰਕੋਚ ਗਏ, ਡਰ ਗਏ ਸੱਚੇ ਪਾਤਸ਼ਾਹ ਆਪ ਦਾ ਪ੍ਰਤਾਪ ਵੇਖ ਕਰਕੇ। ਨਯੋ ਪੰਥ ਧਾਰੀ ਬਲਿਹਾਰੀ ਅੰਗ ਅੰਗ ਕੇ। ਨਵਾਂ ਪੰਥ ਕਿਹੜਾ? ਖਾਲਸਾ ਪੰਥ ਨੂੰ ਸੱਚੇ ਪਾਤਸ਼ਾਹ ਆਪ ਸਿਰਜਣ ਵਾਲੇ ਹੋ, ਨਵੇਂ ਪੰਥ ਦੀ ਸਿਰਜਣਾ ਕਰਨ ਵਾਲੇ ਹੋ। ਕਿਉਂਕਿ ਪਹਿਲਾਂ ਸੰਸਾਰ ਦੇ ਅੰਦਰ ਚਾਰ ਵਰਨ ਸੀਗੇ, ਅਤੇ ਇਹਨਾਂ ਵਰਨਾਂ ਦੀ ਬੜੀ ਭਾਰੀ ਵੰਡ ਸੀ ਸਮਾਜ ਦੇ ਅੰਦਰ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਚੌਹਾਂ ਵਰਨਾਂ ਨੂੰ ਮੈਂ ਇੱਕ ਕਰ ਦਿਆਂਗਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਚੌਹਾਂ ਵਰਨਾਂ ਨੂੰ ਇੱਕ ਕਰਕੇ ਖਾਲਸਾ ਪੰਥ ਜਿਹੜਾ ਸੀ ਨਾ, ਇਹ ਨਵੀਨ ਪੰਥ, ਨਵਾਂ ਪੰਥ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿਰਜਣਾ ਕੀਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਉਪਮਾ ਕਰਦੇ ਹੋਏ ਕਵੀਰਾਜ ਫਰਮਾਉਂਦੇ ਆ, ਬਲਿਹਾਰੀ ਅੰਗ ਅੰਗ ਕੇ। ਹੇ ਸੱਚੇ ਪਾਤਸ਼ਾਹ, ਆਪ ਜੀ ਦੇ ਅੰਗ ਅੰਗ ਦੇ ਮੈਂ ਬਲਿਹਾਰੀ ਜਾਣਾ। ਗਰੀਬ ਨਵਾਜ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਪਵਿੱਤਰ ਸਰੂਪ ਦੀ ਸੋਭਾ ਕੀ ਕਰਾਂ। ਗਰੀਬ ਨਵਾਜ ਸੱਚੇ ਪਾਤਸ਼ਾਹ, ਸ਼ਬਦ ਕੋਸ਼ ਮੁੱਕਦਾ ਹੈ, ਮੇਰਾ ਮਨ ਇਉਂ ਕਰਦਾ ਕਿ ਮੈਂ ਆਪ ਜੀ ਦੇ ਅੰਗ ਅੰਗ ਤੋਂ ਬਲਹਾਰ ਹੋਵਾਂ, ਆਪਣਾ ਆਪਾ ਕੁਰਬਾਨ ਕਰਦੇ ਆ। ਬਾਗ ਜਿਗਾ ਸੰਗ ਖਚੇ ਮਾਣਕ ਸੁਰੰਗ ਰੰਗ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਸਰੂਪ ਦਾ ਇਹੋ ਜਿਹਾ ਧਿਆਨ ਵਿੱਚ ਜਿਹੜਾ ਹੈ ਉਹ ਦਰਸ਼ਨ ਕਰਦਿਆਂ ਹੋਇਆਂ ਕਵੀਰਾਜ ਕਹਿੰਦੇ ਹੈ ਕਿ ਮਹਾਰਾਜ ਦੇ ਸੀਸ਼ ਦੇ ਉੱਪਰ ਪਾਗ ਜਿਹੜੀ ਭਾਵ ਦਸਤਾਰ ਸਜੀ ਹੋਈ ਹੈ, ਅਤੇ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸਜੀ ਹੋਈ ਦਸਤਾਰ ਦੇ ਉੱਤੇ ਜਿਗਾ ਸਜ ਰਹੀ ਹੈ। ਇਹ ਗੋਲਾਕਾਰ ਹੁੰਦੀ ਹੈ ਜਿਗਾ, ਕਲਗੀ ਸਾਹਿਬ ਦੇ ਥੱਲੇ ਇਸ ਨੂੰ ਸਜਾਇਆ ਜਾਂਦਾ ਹੈ, ਇਸ ਦੇ ਉੱਪਰ ਕਲਗੀ ਸਾਹਿਬ ਸਜਾਈ ਜਾਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਦੇ ਪਵਿੱਤਰ ਸ਼ੀਸ਼ ਦੇ ਉੱਪਰ ਸੁੰਦਰ ਦਸਤਾਰ ਫੱਬ ਰਹੀ ਹੈ, ਅਤੇ ਦਸਤਾਰ ਦੇ ਉੱਪਰ ਸਜੀ ਹੋਈ ਜਿਹੜੀ ਜਿਗਾ ਹੈ ਉਹ ਕੈਸੀ ਹੈ? ਇਸੇ ਪ੍ਰਕਾਰ ਹੀ ਪਾਗ ਜਿਗਾ ਸੰਗ ਖਚੇ ਮਾਣਕ ਸੋ ਰੰਗ ਰੰਗ। ਜਿਹੜੇ ਮਾਣਕ ਮੋਤੀ ਹਨ ਨਾ, ਸੁੱਚੇ ਮੋਤੀ, ਸੋ ਰੰਗ ਰੰਗ, ਜਿਹੜੇ ਸ੍ਰੇਸ਼ਟ ਰੰਗਾਂ ਰੰਗਾਂ ਦੀ ਝਲਕ ਪੈ ਰਹੀ ਜਿਨ੍ਹਾਂ ਮੋਤੀਆਂ ਦੇ ਵਿੱਚੋਂ, ਐਸੇ ਸੁੱਚੇ ਮੋਤੀ ਜਿਹੜੇ ਉਹ ਜਿਗਾ ਦੇ ਅੰਦਰ ਜੜੇ ਹੋਏ ਹੈ।
ਉਹ ਜਗ੍ਹਾ ਜਿਹੜੀ ਗੋਲਾਕਾਰ ਹੈ ਉਸ ਦੇ ਅੰਦਰ ਸੁੱਚੇ ਮੋਤੀ ਜਿਹੜੇ ਉਸ ਜਗ੍ਹਾ ਦੇ ਅੰਦਰ ਜੜੇ ਹੋਏ ਹਨ ਰੰਗਾਂ ਰੰਗਾਂ ਦਾ ਉਹਨਾਂ ਵਿੱਚੋਂ ਪ੍ਰਕਾਸ਼ ਪੈਂਦਾ ਏ। ਵਾਰੋ ਮੈਂ ਉਮੰਗ ਮਨ ਕਲਗੀ ਉਤੰਗ ਕੇ। ਕਵੀਰਾਜ ਕਹਿੰਦੇ ਆ ਹੇ ਸੱਚੇ ਪਾਤਸ਼ਾਹ ਮੇਰਾ ਮਨ ਮੋਹਿਤ ਹੋ ਗਿਆ ਆਪ ਜੀ ਦੇ ਸ਼ੀਸ਼ ਤੇ ਉੱਚੀ ਕਲਗੀ ਸਾਹਿਬ ਝੂਲਦੀ ਵੇਖ ਕਰਕੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਗਰੀਬ ਹੋਰ ਕੀ ਭੇਟ ਕਰ ਸਕਦਾ ਹੈ, ਆਪ ਜੀ ਦੀ ਉਸ ਝੂਲਦੀ ਹੋਈ ਸੁੰਦਰ ਕਲਗੀ ਸਾਹਿਬ ਵੱਲ ਨੂੰ ਵੇਖ ਕਰਕੇ ਮੇਰਾ ਦਿਲ ਕਰਦਾ ਮੈਂ ਆਪਦਾ ਸ਼ੀਸ ਭੇਟ ਕਰਦੇ ਆਪ ਦੇ ਚਰਨਾਂ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਝੂਲਦੀ ਹੋਈ ਕਲਗੀ ਸਾਹਿਬ ਵੇਖ ਕਰਕੇ ਮੈਂ ਵਾਰ ਨੇ ਬਲਹਾਰ ਕੁਰਬਾਨ ਜਾਂਦਾ ਹਾਂ। ਸਵਈਆ ਛੱਬ ਛਾਪ ਛਲਾਇਨ ਚਾਰ ਛਕੀ। ਹੁਣ ਇੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਰਾਜਸੀ ਸਰੂਪ ਪ੍ਰਗਟ ਕਰਦੇ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਕੈਸੀ ਰਾਜਿਆਂ ਵਾਲੀ ਪ੍ਰਭਾ ਹੈ, ਰਾਜਿਆਂ ਵਾਲੀ ਸੋਭਾ ਹੈ। ਸੱਚੇ ਪਾਤਸ਼ਾਹ ਜਦੋਂ ਹਜ਼ੂਰ ਤਖ਼ਤ 'ਤੇ ਸੱਜਦੇ ਹੈ ਅਤੇ ਦਿੱਲੀ ਦਾ ਦਰਬਾਰ ਵੀ ਜਿਹੜਾ ਨਾ ਉਹ ਇੰਨਾ ਸੁੰਦਰ ਨਹੀਂ ਜਿੰਨਾ ਸੁੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਦਰਬਾਰ ਸੱਜਦਾ ਹੈ। ਇੰਦਰ ਦੀ ਜਿਹੜੀ ਸਭਾ ਹੈ ਉਹ ਵੀ ਲੱਜਤ ਹੋ ਜਾਂਦੀ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਦਾ ਇਹੋ ਜਿਹਾ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਦਰਬਾਰ ਸੱਜਦਾ ਹੈ। ਬੜਾ ਅਲੌਕਿਕ ਦਰਬਾਰ ਸੱਚੇ ਪਾਤਸ਼ਾਹ ਦਾ ਰਾਜਸੀ ਸਰੂਪ ਜਿਹੜਾ ਹੈ ਉਹ ਕਵੀਰਾਜ ਇਸ ਸਵਈਏ ਦੇ ਅੰਦਰ ਸਰੂਪ ਜਿਹੜਾ ਚਿੱਤਰ ਰਹੇ ਹਨ ਕੈਸਾ ਸਰੂਪ ਹੈ ਫਰਮਾਉਂਦੇ ਹਨ। ਛੱਬ ਛਾਪ ਛਲਾਇਨ ਚਾਰ ਛਕੀ। ਕਹਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੀਆਂ ਛਾਪਾਂ ਜਾਂ ਜਿਹੜੇ ਛੱਲੇ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੇ ਘਰ ਕਮਲਾਂ ਵਿੱਚ ਧਾਰਨ ਕੀਤੇ ਆ ਉਹਨਾਂ ਦੀ ਸੋਭਾ ਤਾਂ ਬੜੀ ਅਸਚਰਜੀ ਹੋ ਰਹੀ ਹੈ, ਵਿਸਮਾਦ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੇ ਕੋਈ ਵਸਤੂ ਜਾਂ ਵਸਤਰ ਜਾਂ ਗਹਿਣਾ ਉਹਦੀ ਸੋਭਾ ਆਪਦੇ ਸਰੀਰ ਨਾਲ ਲੱਗਣੇ ਕਰਕੇ ਹੋਰ ਵੀ ਸੱਚੇ ਪਾਤਸ਼ਾਹ ਵੱਧ ਜਾਂਦੀ ਹੈ। ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੇ ਇਉਂ ਹੱਥਾਂ ਵਿੱਚ ਪਹਿਨੇ ਹੋਏ ਇਹ ਕਵੀਰਾਜ ਜ਼ਿਕਰ ਕਰ ਰਿਹਾ ਕਿਉਂਕਿ ਰਾਜਿਆਂ ਵਰਗੀ ਪ੍ਰਭਾ ਸੱਚੇ ਪਾਤਸ਼ਾਹ ਜੀ ਦਾ ਸਰੂਪ ਪ੍ਰਗਟ ਕਰ ਰਹੇ ਹਨ। ਭਾਵੇਂ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜ਼ੂਰ ਨੇ ਮਰਿਆਦਾ ਕਾਇਮ ਕੀਤੀ ਹੈ ਵਿਵੇਕ ਦੇ ਵਾਸਤੇ ਸਤਿਗੁਰਾਂ ਜੀ ਨੇ ਆਗਿਆ ਕੀਤੀ ਹੈ ਕਿ ਛਾਪਾਂ ਛੱਲੇ ਜਿਹੜੇ ਹੈ ਇਹ ਇਸ ਪ੍ਰਕਾਰ ਨਹੀਂ ਪਹਿਨਣੇ ਚਾਹੀਦੇ, ਗੁਰਮਤ ਵਿੱਚ ਨਹੀਂ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮਰਿਆਦਾ ਬਖਸ਼ਿਸ਼ ਕੀਤੀ ਹੈ ਪਰ ਹਜ਼ੂਰ ਆਪ ਤਖ਼ਤ ਦੇ ਮਾਲਕ ਰਾਜੇ ਹਨ। ਸੱਚੇ ਪਾਤਸ਼ਾਹ ਜੀ ਦਾ ਜੇ ਪਟਨਾ ਸਾਹਿਬ ਜੀ ਦਾ ਇਤਿਹਾਸ ਆਪਾਂ ਸਰਵਣ ਕਰਦੇ ਹਾਂ ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਹੱਥਾਂ ਵਿੱਚ ਸੋਨੇ ਦੇ ਕੰਗਨ ਪਹਿਨਿਆ ਕਰਦੇ ਸੀ, ਜਿਹੜਾ ਕੰਗਨ ਸੱਚੇ ਪਾਤਸ਼ਾਹ ਜੀ ਮਹਾਰਾਜ ਖੇਲਦਿਆਂ ਹੋਇਆਂ ਗੰਗਾ ਵਿੱਚ ਜਿਹੜਾ ਸੀ ਡਿੱਗ ਗਿਆ ਸੀਗਾ ਅਤੇ ਮਾਤਾ ਜੀ ਨੇ ਜਦੋਂ ਤਾੜਨਾ ਕਰਦਿਆਂ ਹੋਇਆਂ ਪੁੱਛਿਆ ਕਿ ਕੰਗਨ ਕਿੱਥੇ ਡਿੱਗਿਆ ਹੈ, ਹਜ਼ੂਰ ਨੇ ਦੂਸਰਾ ਵੀ ਹੱਥ ਵਿੱਚੋਂ ਲਾਹ ਕਰਕੇ ਨਦੀ ਵਿੱਚ ਸਿੱਟਦਿਆਂ ਹੋਇਆਂ ਕਿਹਾ ਮਾਤਾ ਜੀ ਉੱਥੇ ਡਿੱਗਾ ਹੈ। ਮਾਤਾ ਜੀ ਜਾਣਗੇ ਕਿ ਆਪ ਨੂੰ ਕੋਈ ਮਾਇਆ ਨਾਲ ਮੋਹ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਰਾਜਿਆਂ ਵਾਂਗ ਸਤਿਗੁਰੂ ਜੀ ਦਾ ਪਵਿੱਤਰ ਸਰੂਪ ਫੱਬਦਾ ਹੈ। ਜਿਹੜੀ ਇਹ ਗਹਿਣੇ ਹਨ, ਜਿਹੜੇ ਇਹ ਵਸਤਰ ਹਨ, ਇਹਨਾਂ ਦੀ ਜਿਹੜੀ ਸ਼ਕੀ ਸੋਭਾ ਹੈ ਇਹ ਸ਼ਕੀ ਬੜੀ ਅਸਚਰਜ ਹੈ। ਕਟ ਤੇ ਤਟ ਕਾਛ ਕਛੀ ਬਿਦ ਆਛੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਟ ਕਮਰ ਕੱਸੇ ਨਾਲ, ਕਟ ਲੱਕ ਦੇ ਨਾਲ, ਤਟ ਨਾਲ ਜਿਹੜਾ ਹੈ ਸੱਚੇ ਪਾਤਸ਼ਾਹ ਕਮਰ ਕੱਸਾ ਜਿਹੜਾ ਹੈ ਇਹ ਕੱਸਿਆ ਹੋਇਆ ਹੈ ਬੜੀ ਚੰਗੇ ਤਰੀਕੇ ਦੇ ਨਾਲ। ਆਪ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਖਾਲਸੇ ਨੂੰ ਕਕਾਰ ਬਖਸ਼ਿਸ਼ ਕੀਤੇ ਹੈ ਉਹ ਕਕਾਰ ਆਪ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਧਾਰਨ ਕੀਤੇ ਆ। ਗਰੀਬ ਨਿਵਾਜ ਕਛਹਿਰਾ ਜਿਹੜਾ ਹੈ ਲੱਕ ਦੇ ਨਾਲ ਚੰਗੀ ਤਰ੍ਹਾਂ ਕਮਰ ਕੱਸੇ ਵਿੱਚ ਆਪ ਨੇ ਕੱਸਿਆ ਹੋਇਆ ਏ। ਕਰ ਕੰਕਨ ਕੰਚਨ ਹੀਰ ਗਚੇ। ਸੱਚੇ ਪਾਤਸ਼ਾਹ ਜੀ ਦੇ ਜਿਹੜੇ ਕਰ ਹੱਥਾਂ ਦੇ ਵਿੱਚ ਜਿਹੜੇ ਕੜੇ ਪਹਿਨੇ ਹੋਏ ਆ ਨਾ ਉਹ ਕੰਚਨ ਸੋਨੇ ਦੇ, ਉਹਨਾਂ ਵਿੱਚ ਹੀਰੇ ਜਿਹੜੇ ਆ ਉਹ ਖਚਤ ਹਨ, ਹੀਰੇ ਜੜੇ ਹੋਏ ਨੇ। ਵਿੱਚ ਚੰਚਲ ਲੋਚਨ ਜਿਉ ਜਲ ਮਾਛੀ। ਇਉਂ ਜਿਹੜੇ ਹਨ ਹੀਰੇ ਵਿੱਚ ਚਮਕ ਰਹੇ ਹੈ, ਨੇਤਰਾਂ ਨੂੰ ਉਹਨਾਂ ਦੀ ਚਮਕ ਇਉਂ ਚੰਚਲ ਲੱਗ ਰਹੀ ਹੈ। ਬਾਰ ਬਾਰ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥਾਂ ਵਿੱਚ ਹਿਲਦਿਆਂ ਹੋਇਆਂ ਉਹ ਚਮਕਦੇ ਆ ਨਾ ਹੀਰੇ, ਅਤੇ ਨੇਤਰਾਂ ਨੂੰ ਇਉਂ ਚਮਕਾਰ ਪੈਂਦੀ ਹੈ ਜਿਵੇਂ ਜਲ ਦੇ ਅੰਦਰ ਮੱਛੀ ਜਿਹੜੀ ਉਹ ਚੰਚਲ ਹੋ ਰਹੀ ਹੈ। ਇਉਂ ਸੱਚੇ ਪਾਤਸ਼ਾਹ ਜੀ ਦੇ ਘਰ ਹੱਥਾਂ ਵਿੱਚ ਪਹਿਨੇ ਹੋਏ ਜਿਹੜੇ ਸੋਨੇ ਦੇ ਕੜੇ ਹੈ ਉਹਨਾਂ ਵਿੱਚ ਚਮਕਦੇ ਹੋਏ ਜਿਹੜੇ ਹੀਰੇ ਹਨ
ਉਹ ਮੱਛੀ ਦੀ ਚੰਚਲਤਾ ਦੇ ਵਾਂਗ ਚਮਕਾਰਾਂ ਮਾਰ ਰਹੇ ਹੈ। ਗਰ ਪ੍ਰਾਵ੍ਰਿਤ ਨੀਵ ਮਨੋਗ ਬਣਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗਲ ਦੇ ਅੰਦਰ ਜਿਹੜਾ ਪਾਵ੍ਰਿਤ ਚੋਲਾ ਪਹਿਨਿਆ ਹੋਇਆ, ਚੋਗਾ ਪਹਿਨਿਆ ਹੋਇਆ ਹੈ, ਇਹ ਨੀਵਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਲੰਬਾ ਚੋਲਾ ਗਰੀਬ ਨਵਾਜ਼ ਸਤਿਗੁਰਾਂ ਜੀ ਨੇ ਪਹਿਰਿਆ ਹੋਇਆ ਹੈ। ਇਸੇ ਪ੍ਰਕਾਰ ਹੀ ਗਰ ਪ੍ਰਾਵ੍ਰਿਤ ਨੀਵ ਮਨੋਗ ਬਣਿਓ। ਇਹ ਐਸਾ ਮਨੋਗ ਮਨੋਹਰ ਬਣਿਆ ਹੋਇਆ ਸਤਿਗੁਰਾਂ ਜੀ ਦੇ ਗਲ ਪਹਿਨਿਆ ਹੋਇਆ ਨੀਵਾ ਚੋਗਾ। ਪਰ ਚੀਰਨ ਕੀ ਕਰ ਪੋਸ਼ਿਸ਼ ਕਾਛੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਸਰੀਰ ਤੇ ਬਰ ਸ੍ਰੇਸ਼ਟ ਵਸਤਰਾਂ ਦੀ ਜਿਹੜੀ ਪੋਸ਼ਿਸ਼ ਪੁਸ਼ਾਕ ਹੈ ਇਹ ਪਹਿਨੀ ਹੋਈ ਹੈ। ਬੜਾ ਅਸਚਰਜ ਹੀ ਸਰੂਪ ਸੱਚੇ ਪਾਤਸ਼ਾਹ ਜੀ ਦਾ ਮਹਾਰਾਜ ਦਾ ਜਿਹੜਾ ਹੈ ਉਹ ਦਿਸ ਰਿਹਾ ਹੈ। ਐਸਾ ਧਿਆਨ ਵਿੱਚ ਸੱਚੇ ਪਾਤਸ਼ਾਹ ਦਾ ਦਰਸ਼ਨ ਕਰ ਰਹੇ ਆ ਕਵੀਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਾਜਿਆਂ ਵਰਗੀ ਸੋਭਾ ਬਿਆਨ ਕਰਦੇ ਹਨ। ਖਰ ਤੀਰ ਧਰੇ ਕਰ ਫੇਰਤ ਹੇਰਤ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਤਖ਼ਤ ਤੇ ਬੈਠਿਆ ਕਰਦੇ ਨਾ, ਇਹ ਸਾਡਾ ਇਤਿਹਾਸ ਵੀ ਜ਼ਿਕਰ ਕਰਦਾ ਹੈ। ਕਵੀਰਾਜ ਆਪਣੇ ਧਿਆਨ ਵਿੱਚ ਜੋ ਦਰਸ਼ਨ ਕਰ ਰਹੇ ਆ, ਬਿਆਨ ਕਰ ਰਹੇ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਕਰ ਕਮਲਾਂ ਵਿੱਚ ਖੱਪਰਾ ਤੀਰ ਮਹਾਰਾਜ ਜੀ ਰੱਖਿਆ ਕਰਦੇ ਤੇ ਹਜ਼ੂਰ ਕਦੇ ਕਦੇ ਉਸ ਨੂੰ ਘੁਮਾਇਆ ਕਰਦੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਉਹੋ ਹੀ ਸਰੂਪ ਦਾ ਦਰਸ਼ਨ ਕਰਦਿਆਂ ਹੋਇਆਂ ਕਵੀਰਾਜ ਫਰਮਾਉਂਦੇ ਹਨ। ਖਰ ਤੀਰ ਧਰੇ ਕਰ ਫੇਰਤ ਹੇਰਤ। ਸੱਚੇ ਪਾਤਸ਼ਾਹ ਖਰ ਤਿੱਖਾ ਤੀਰ ਆਪਣੇ ਕਰ ਕਮਲਾਂ ਵਿੱਚ ਪਕੜ ਕਰਕੇ ਫੇਰ ਰਹੇ ਹੈ, ਨਾਲੇ ਮਹਾਰਾਜ ਜੀ ਤੀਰ ਨੂੰ ਵੇਖ ਰਹੇ ਹਨ। ਦੇਹ ਧਰੇ ਨਰ ਪੂਰਨ ਸਾਛੀ। ਕਹਿੰਦੇ ਨੇ ਇਹ ਦੇਹ ਜਿਹੜੀ ਧਾਰੀ ਹੋਈ ਹੈ ਨਾ, ਇਹ ਪੂਰਨ ਪਰਮਾਤਮਾ ਨੇ ਜੋ ਸਭ ਦਾ ਹੀ ਸਾਛੀ ਸਾਕਸ਼ੀ ਹੈ, ਜੋ ਸਭ ਦਾ ਸਾਖੀ ਚੇਤਨ ਰੂਪ ਹੈ ਨਾ ਨਿਰੰਕਾਰ, ਉਸ ਨਿਰੰਕਾਰ ਨੇ ਇਹ ਦੇਹ ਧਾਰੀ ਹੋਈ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤਖ਼ਤ ਤੇ ਬਿਰਾਜਮਾਨ ਹਨ, ਪੂਰਨ ਪਰਮੇਸ਼ਰ ਦਾ ਸਰੂਪ ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਸਾਰਿਆਂ ਦੇ ਅੰਦਰ ਸਾਖੀ ਚੇਤਨ ਰੂਪ ਹੋ ਕਰਕੇ ਵਰਤ ਰਿਹਾ ਹੈ, ਉਹ ਸਰੂਪ ਹਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੇ ਪਵਿੱਤਰ ਸਰੂਪ ਦਾ ਧਿਆਨ ਵਿੱਚ ਦਰਸ਼ਨ ਕਰਦਿਆਂ ਹੋਇਆਂ ਕਵੀਰਾਜ ਜੀ ਨੇ ਇਹ ਰਾਜਸੀ ਲੱਛਣ ਪ੍ਰਗਟ ਕੀਤੇ ਆ। ਸਤਿਗੁਰੂ ਜੀ ਦੀ ਕਿਹੋ ਜੀ ਰਾਜਸੀ ਸੋਭਾ ਹੋ ਰਹੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਰਾਜਸੀ ਸਰੂਪ ਵਿੱਚ ਨਾਲ ਵੀਰਸੀ ਸਰੂਪ ਵੀ ਦਿਖਾਉਂਦੇ ਆ ਕਿ ਮਹਾਰਾਜ ਜੀ ਦੇ ਕਰ ਕਮਲਾਂ ਵਿੱਚ ਖੱਪਰਾ ਤਿੱਖਾ ਤੀਰ ਹੈ, ਉਸ ਨੂੰ ਘੁਮਾਉਂਦੇ ਹੋਏ ਸਤਿਗੁਰੂ ਜੀ ਵੇਖਦੇ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਐਸਾ ਸਤਿਗੁਰਾਂ ਜੀ ਦਾ ਪਵਿੱਤਰ ਸਰੂਪ ਦਾ ਜਿਹੜਾ ਹੈ ਉਹ ਚਿਤਰਨ ਕਵੀਰਾਜ ਜੀ ਖਿੱਚ ਰਹੇ ਆਪਣੀ ਕਵਿਤਾ ਵਿੱਚ। ਸਵਈਆ ਕਟ ਸੋ ਪਟ ਤੇਗ ਨਿਖੰਗ ਕਸੇ। ਸੱਚੇ ਪਾਤਸ਼ਾਹ ਜੀ ਦਾ ਹੁਣ ਪੂਰਨ ਤੌਰ ਤੇ ਵੀਰ ਰਸੀ ਸਰੂਪ ਕਥਨ ਕਰਦੇ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਰੂਪ ਕੈਸਾ ਹੈ। ਫਰਮਾਉਂਦੇ ਹਨ ਕਟ ਸੋ ਪਟ ਤੇਗ ਨਿਖੰਗ ਕਸੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਗਰੀਬ ਨਵਾਜ ਆਪਣਾ ਕਮਰ ਕਸਾ ਲਾਇਆ ਕਰਦੇ ਨਾ, ਇਹ ਭੰਗਾਣੀ ਦੇ ਯੁੱਧ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਜਦੋਂ ਹਰੀਚੰਦ ਰਾਜੇ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਤੀਸਰਾ ਤੀਰ ਮਾਰਿਆ ਸੀ ਨਾ, ਕਿਉਂਕਿ ਪਹਿਲਾ ਤੀਰ ਉਹਨੇ ਮਹਾਰਾਜ ਦੇ ਸੀਸ ਦਾ ਨਿਸ਼ਾਨਾ ਲਿਆ ਅਤੇ ਪ੍ਰਤਾਪ ਸਤਿਗੁਰਾਂ ਜੀ ਦੇ ਮੁਖਾਰ ਬਿੰਦ 'ਤੇ ਇੰਨਾ ਉਹਦਾ ਹੱਥ ਹਿੱਲ ਗਿਆ। ਦੂਜੀ ਵਾਰ ਫਿਰ ਉਹਨੇ ਸੀਸ ਦਾ ਹੀ ਨਿਸ਼ਾਨਾ ਲਿਆ, ਮਹਾਰਾਜ ਦੇ ਮਸਤਕ 'ਤੇ ਨੂਰ ਡੁੱਲ ਡੁੱਲ ਪੈਂਦਾ, ਨਿਗਾਹ ਨਹੀਂ ਟਿਕਦੀ। ਉਹਨ ਵੇਖਿਆ ਕਿ ਹੁਣ ਮਹਾਰਾਜ ਦੇ ਤੀਸਰਾ ਤੀਰ ਜਿਹੜਾ ਮੈਂ ਉਹ ਪੇਟ ਵਿੱਚ ਮਾਰਨਾ ਕਰਾਂ, ਛਾਤੀ 'ਚ ਜਾਂ ਮਾਰਨਾ ਕਰਾਂ। ਆਪਦੇ ਜੀਅ 'ਚ ਉਹਨੇ ਛਾਤੀ ਦਾ ਨਿਸ਼ਾਨਾ ਲਿਆ, ਘੋੜਾ ਉੱਛਲ ਰਿਹਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਲਿਖਿਆ ਕਿ ਉੱਛਲਦੇ ਘੋੜੇ ਦੇ ਕਰਕੇ ਸਾਡਾ ਜਿਹੜਾ ਉਸਦਾ ਛੁੱਟਿਆ ਹੋਇਆ ਤੀਰ ਸੀ ਰਾਜੇ ਹਰੀਚੰਦ ਦਾ, ਉਹ ਸਾਡੇ ਕਮਰ ਕੱਸੇ ਵਿੱਚ ਆ ਕਰਕੇ ਲੱਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਵਸਤਰ ਦਾ ਕਮਰ ਕੱਸਾ ਮਹਾਰਾਜ ਜੀ ਸਜਾਇਆ ਕਰਦੇ ਅਤੇ ਕਮਰ ਕੱਸੇ ਦੇ ਦੋ ਪੱਲੂ ਜਿਹੜੇ ਸੀ ਉਹ ਅੱਗੇ ਲਟਕਿਆ ਕਰਦੇ ਹਜ਼ੂਰ ਦੇ, ਅਤੇ ਸੱਚੇ ਪਾਤਸ਼ਾਹ ਜੀ ਉਸਦੇ ਉੱਪਰੋਂ ਦੀ ਇੱਕ ਚਮੜੇ ਦੀ ਬੈਲਟ ਕੱਸਿਆ ਕਰਦੇ ਸੱਚੇ ਪਾਤਸ਼ਾਹ। ਫਿਰ ਜਿਹੜਾ ਪੱਥਾ ਸੀ ਉਹਦੀ ਦੀਵਾਲ ਜਿਹੜੀ ਸੀ ਉਹ ਵੀ ਉੱਪਰੋਂ ਦੀ ਲੰਘਦੀ ਹੁੰਦੀ। ਸੱਚੇ ਪਾਤਸ਼ਾਹ ਨੇ ਲਿਖਿਆ ਕਿ ਉਸ ਪੱਥੇ ਦੀ ਦੀਵਾਲ ਨੂੰ ਚੀਰਦਾ ਹੋਇਆ ਹਰੀਚੰਦ ਰਾਜੇ ਦਾ ਤੀਰ, ਫਿਰ ਕਮਰ ਕੱਸੇ ਵਿੱਚ ਲੱਗੀ ਹੋਈ ਜਿਹੜੀ ਚਮੜੇ ਦੀ ਬੈਲਟ ਸੀ ਉਹਨੂੰ ਚੀਰਦਾ ਹੋਇਆ, ਸਾਡੇ ਕਮਰ ਕੱਸੇ ਨੂੰ ਚੀਰਦਾ ਹੋਇਆ, ਥੋੜ੍ਹੀ ਜਿਹੀ ਚੁੰਝ ਆ ਕੇ ਮਹਾਰਾਜ ਕਹਿੰਦੇ ਸਾਡੇ ਪੇਟ ਵਿੱਚ ਲੱਗੀ। ਚੁਬੀ ਚਿੰਚ ਚਰਮੰ ਕਛੂ ਘਾਵਨਾ ਆਇੰ, ਕਲੰ ਕੇਵਲੰ ਜਾਨ ਦਾਸੰ ਬਚਾਇੰ। ਇਹ ਸੱਚੇ ਪਾਤਸ਼ਾਹ ਜੀ ਆਪਦੀ ਕਲਮ ਨਾਲ ਲਿਖਦੇ ਹੈ
महाराज जी का कैसा जिहड़ा है सरूप, त्यार पर त्यार महाराज सचे पातशाह जी कमर कस्सा सदा लग्या होया गरीब नवाज सचे पातशाह दे सरूप दा यों वीर रसी सरूप दा निरूपण करदे है, ध्यान विच जिहड़ा दर्शन कर रहे है उहदा चित्रण करदे है कविराज जी, चित्र खिंचदे है तस्वीर बनाउंदे है अपनी कविता द्वारा फरमाउंदे हन। कट सो पट तेग निखंग कसे, सचे पातशाह जी दा लक जिहड़ा है महाराज जी ने कमर कसे दे नाल कसिया होया है, ते हजूर दे गातरे चौड़ा जिहड़ा तेगा है ओ सोभ रिहा है, ते फिर सचे पातशाह जी दे गातरे गरीब नवाज जी दे सजया होया भरिया तीरां दा पत्था जिहड़ा ओ फब रिहा है। मुख मंद हसे दम कह के छटाही, सचे पातशाह जदों अपने मुख तों सचे पातशाह जी इउं मुस्कुराउंदे आ ना मंद हौली जी, ते इउं लगदा कविराज कहिंदे जिवें आकाश दी बिजली लिशकी होवे, इन्ना महाराज जी दे सुंदर दंद लगदे है। सचे पातशाह महाराज जदों मुस्कुराउंदे आ ना, ये तां इक प्रमाण दिंदे आ कविराज उस मुस्कुराहट की बाबत की कहा जा सकता शब्दां द्वारा। कविराज कहिंदे जिवें बिजली लिशकदी है ना, इवें प्रभा पैंदी है सचे पातशाह जी महाराज दे मुख तों जदों महाराज हौली हौली सतगुरु जी मंद मंद मुस्कुराउंदे हन। मुक्ता गर माल विशाल बनी, महाराज सचे पातशाह जी दे गल विच बहुत वड्डी सुचे मोतियां दी माला सतगुरुआं जी दे चमक रही है। शम श्रानन श्याम भली उपमाही, सचे पातशाह जी महाराज दा जिहड़ा समशर पार समस कहिंदे आ दाड़े नूं, आनन कहिंदे आ मुख नूं, मुख दे उत्ते सचे पातशाह जी दे जिहड़ा समस दाड़ा है ना वह काले रंग दा, इस तरह दी उहदी उपमा हो रही है। कविराज कैसी उपमा हो रही है, महाराज जी दे मुखारबिंद ते जिहड़ा काला दाड़ा है वह किवें फब रहा है। कविराज दसदे कि ऐसी उपमा हो रही है उस चंद्रमे वर्गे मुख दे उत्ते महाराज सचे पातशाह दा ऐसा नूरो नूर चेहरा है ते सुंदर दाड़ा इउं फब रिहा है। हित सो तम सोम के पास बसियो, कहिंदे इउं लगदा जिवें हित प्रेम करके हनेरा चंद्रमा दे लागे आ करके वस गया होवे, क्योंकि चंद्रमा जिहड़ा उज्जलवा जिहड़ा उसकी चांदनी का प्रकाश हुंदा है, ते हनेरा जिहड़ा है इस प्रकार वह कहिंदे जिवें चंद्रमा दे नेड़े आ करके हित नाल वस गया होवे, जिहड़ा हनेरे दा भाव जिहड़ा गुरु साहब जी का काला दाड़ा दस रहे है, ते जिहड़ा चंद्रमा वर्गा सतगुरां जी का उज्जल मुख दस रहे है, कहिंदे उस दाड़े की उपमा इहो जी हो रही है, इउं लग रहा जिवें हित प्रेम करके हनेरा चंद्रमा दे कोल ही आ के वस गया होवे। हनेरा चंद्रमा दे कोल आ नहीं ना सकदा, कोई चांदनी है, पर कहिंदे उह तां इहो जी उपमा हो रही है, इहो जी सोभा फब रही है जिवें चंद्रमा वर्गा सतगुरां जी का मुख उज्जल प्रताप है, ते हनेरे वर्गा सुंदर काला शाह दाड़ा सतगुरां जी दा इउं फब रिहा है। मुख पंकज पै मद पुंज सुहाही, कहिंदे जां इउं लग रिहा है कि महाराज जी दे कमल श्री के मुखड़े दे उपर आ करके भौरियां दा जिहड़ा झुंड है समूह ओही आ करके बैठ गया होवे। सतगुरां जी दा मुख तां खिड़े हुए कमल वर्गा दस रहे है, फिर कहिंदे जिहड़ा काला दाड़ा इउं लग रिहा जिवें काले भवरे हुंदे आ ना, उन्हां दा झुंडी आ करके कमल फुल दे उत्ते बैठ गया होवे। इस तरह दी कहिंदे उपमा जिहड़ी सोभा ओह हो रही है। अब आन की आस निरास पई, धन गुरु गोबिंद सिंह सच्चे पातशाह दा सरूप ध्यान विच टका करके कविराज कहिंदे ने महाराज हुण होर किसे दी आस तो मैं निराश हो गया, सारियां ही आसां मेरियां चुक गईयां, जिवें महाराज ने आग्या कीती है ना अपनी बाणी विच सतगुरां जी ने आख्या कि सगल द्वार को छाड़ के गहयो तुहारो द्वार, बाहें गहें की लाज अस गोबिंद दास तुहार। इउं सच्चे पातशाह जी महाराज दे चरणां विच बेनती करदे महाराज दे सरूप नूं ध्यान विच टका करके, महाराज आन होर दी आस वल्लों मैं निराश हो गया, मैनूं किसे होर दी आस नहीं संसार दे अंदर लोक परलोक दे अंदर। कलगी धर बास कियो मन माही, धन गुरु कलगी धर सच्चे पातशाह जी महाराज ने मेरे मन विच वास कर लिया है, यह कविराज जी का लिखना जिहड़ा है गवाही दे रहा है कि आपदे ध्यान विच गुरु गोबिंद सिंह सच्चे पातशाह दा पवित्र सरूप टिकिया होया है, आप महाराज जी का दर्शन करते हैं गुरु गोबिंद सिंह सच्चे पातशाह जी का,
ताइयां ताईं ने प्यार नाल सच्चे पातशाह जी दे दर्शनां दा चित्रण कर रहे है। महाराज दा दर्शन किहो जिहा लगदा है, ये कविराज ने मूर्त खिच दित्ती है कि गुरु कलंगीधर सच्चे पातशाह महाराज होर दी आस मन चो चुक गई है, आप नहीं महाराज सच्चे पातशाह मेरे अंदर वास कर लिया है। सवैया भूल जो चूक भई हम ते, हुण सच्चे पातशाह दे अगे बेनती करदे है, बहुत निम्र हो करके कविराज बेनती करदे हन सच्चे पातशाह धन गुरु गोबिंद सिंह साहब जी दे चरणा विच, महाराज ये जिंदगी दी नैया है सच्चे पातशाह, महाराज असी जीव हाँ भुलणहार हाँ सच्चे पातशाह जी, गरीब नवाज जे मेरे कोलों जिहड़ी भी कोई भुल हो गई, भुल हुंदी कोई वड्डी गलती, जिहड़ा ना करन वाला काम होवे ओह सुते हो जिहड़ा है हथों हो जावे, ते चुक हुंदा उकाइयां रह जाणियां छोटियां गलतियां जो असी भुल्लां करदे हाँ, असी तां खिन खिन समें विच भुल्लां करदे हाँ। सच्चे पातशाह जी महाराज दे अगे बेनती करदे आ कविराज, इस दा अर्थ ये नहीं हुंदा कि कविराज ते कोलों बहुत कोई वड्डियां गलतियां भुल्लां होईयां होणगियां, नहीं ये जिहड़े परमार्थ दे मार्ग ते चलदे आ ना उहनां दा सुभाअ ही इह हुंदा है, वह जदों आत्मक मंडल विच विचरदे आ उत्थे भी कोई उकाइयां उहनां को रह ही जांदियां, क्योंकि पूरन ते परमेशर आप है ना फिर वाहिगुरु, इस करके जिहड़ियां कोई परमार्थ दे मार्ग ते चलदियां भी उकाइयां रह गईयां कोई भुल्लां हो गईयां उन्हां वास्ते सतगुरां दे चरणां विच बेनती करदे आ, जिन्हां दे मन विच प्यारी मूर्त गुरु गोबिंद सिंह सच्चे पातशाह जी दी वस जांदी है वह आप ही गुरु महाराज सच्चे पातशाह जी दे सरूप विच अभेद हो जांदे आ, सतगुरु जी उन्हां नूं अपने विच अभेद कर लैंदे आ, पर उन्हां दी इह निम्रता है जिवें कविराज निमरी भूव हो करके सच्चे पातशाह जी दे अगे बेनती करदे आ, महाराज सच्चे पातशाह जी भूल जो चूक भई हम ते, महाराज जे कोई भुल जां चुक वड्डी गलती जां छोटी गलती सच्चे पातशाह महाराज साडे कोलों हो गई, महाराज वड्डी भुल हुंदी है सच्चे पातशाह आप जी दा सवास सवास नाम जपना चाहीदा, महाराज भुल जाने आ सच्चे पातशाह नाम साथों सवास सवास जपया ही नहीं जांदा, फिर महाराज सच्चे पातशाह जी चुक जाने आ सेवा करन तो साथों सेवा ही नहीं हुंदी, जदों मौका हुंदा सेवा करन दा सच्चे पातशाह उदों मन साडा सूम बन जांदा है, बहुत ज़्यादा घट जांदा है, जदों अमृत वेला नाम जपण दा समा हुंदा है रोज़ अमृत वेले भुल ही जांदा है, मन के अमृत वेला हो गया भजन करना चाहीदा है, इउं सच्चे पातशाह जी महाराज साढ़े कोलों जे कोई भुल्लां चुक्कां हो गईयां हन गुर किंकर सो तुम ते बख्शावत, सच्चे पातशाह जी महाराज हे गुरु गोबिंद सिंह साहब जी मैं आप जी दा किंकर दास हाँ, गरीब नवाज जी आप जी तो ही बख्शाउंदा हाँ, महाराज किहदे कोलों होर बख्शावां, मेरा कोई होर नहीं तुहाडे तो बिना सच्चे पातशाह, कृपा करके महाराज मेरियां भुल्लां चुक्कां बख्श दिओ, महाराज जिन्नियां गलतियां मेथों होईयां कृपा करके मैनू बख्श दिओ जी, लाज रखो निज नाम की, महाराज अपने नाम दी लाज रख लो सच्चे पातशाह जी, क्योंकि मेरी तां करतूत नहीं चंगी सच्चे पातशाह, आप जी दी रहत कमाउणी चाहीदी सी ना ओह भी मैं कमा नहीं सकिया सच्चे पातशाह, अपने नाम दी लाज रख लो, सिख मैं तुमरो जग माह कहावत, महाराज जगत दे अंदर मैं तुहाडा सिख कहाउंदा हां, संसार दे लोक महाराज मैनू जानदे है कि इह संतोख सिंह गुरु गोबिंद सिंह सच्चे पातशाह दा सिख है, हे सच्चे पातशाह इह कविराज सानू भी इउं जाच दस रहे है कि दीन दयाल सतगुरु जी दे अगे इउं जे अपने पापां नू बख्शाउणा है जे अपनी सदगति चाहुंदे आ इस उत्ते उच्चे मार्ग नू प्राप्त करना चाहुंदे आ ते फिर इउं निम्रता सहित बेनती करिए सच्चे पातशाह दे चरणां दे अंदर इउं फरमाउंदे हन, सिख मैं तुमरो जग माह कहावत, महाराज मैं जगत विच आप जी दा सिख कहाउणा हां, महाराज मैनू तुहाडे नाम करके जाणदे है कि इह गुरु गोबिंद सिंह साहिब जी महाराज दा सिंह है, इस करके सच्चे पातशाह मालक नूं लाज हुंदी है ना अपने रखे हुए कुत्ते दी, सच्चे पातशाह अपने दर दा कूकर जाण के सच्चे पातशाह कृपा करके बख्श लो,
अपने नाम की लाज रख लो संसार दे अंदर तुहाडे नाम करके मारा सानू जानिया जांदा है। तू बख्शंद सदा सुखदायक महाराज तुसी बख्शंद हो सदा ही सुखां दे दायक देण वाले हो। मोह मन नाहि बिखै छुटकावत महाराज मेरे मन विचो विषय रस नहीं छुटदे सच्चे पातशाह ये कृपा करके आप छुड़ाओ। कविराज दी कैसी सुचमता नाल बेनती कर रहे है मन दियां विथियावां सच्चे पातशाह जी दे अगे खोल दे है। जिहड़ा कोई अपने आप नूं संसार विच बड़ा उत्तम करके पेश करदा है ना उहदे मन दे अंदर बहुत कुछ छुपिया हुंदा है। पर जिहड़े सतपुरख हुंदे है ना जिवें बाबा फरीद जी ने कहा है कि फरीदा काले मैंडे कपड़े काला मैंडा वेस गुण ही भरिया मैं फिरा लोग कह दरवेश। ये दरवेशां दी रीति है सतपुरशां दी रीति है। सच्चे पातशाह जी महाराज की कृपा नाल उच्च मंडलां विच उहनां दी अवस्था हुंदी है। गरीब नवाज सतगुरां दे चरणां विच फिर भी झुके हुए बेनतियां करदे ही रहिंदे है। ब्रह्म ज्ञान दी अवस्था विच भी पहुँच करके क्योंकि जिड्डी वड्डी अवस्था ओडी निम्रता आ जाती है फिर अंदर। यह गुरु नानक साहब जी दे घर की वड्याई है जिन्ना वड्डा प्यार दा प्रसाद प्राप्त हुंदा है उन्ना ही मन झुक जाता है सच्चे पातशाह दे चरणा विच। कविराज कहिंदे महाराज मेरे ते कृपा करो आप बख्शिंद दाते हो सच्चे पातशाह मेरे मन विचों विषयां दी जिहड़ी ललक वै वह छुट जावे। जिहड़े इउं सतगुरां दे चरणा विच बेनती करदे आ ना महाराज सच्चे पातशाह उन्हां नूं विषयां दी फाही तों आजाद कर दिंदे है। क्योंकि ये सतगुरां जी दी बाणी दा भी उपदेश है कि काम क्रोध का चोलड़ा सब गल आए पाए। सारे ही जिन्ने जीव संसार विच आए है ना वो काम क्रोध का चोला ही पा करके आए है। ये देह दे अंदर सारा कुछ ही वापरदा है पर जिहड़े सतगुरां दे चरणां नाल प्यार करदे है ना गरीब नवाज दे चरणां विच इउं बेनती करदे आ झुक करके महाराज तुहाडे तों बिना कौण है मेरा इस संसार दे अंदर आप कृपा करके रखिया कर लो अपने नाम दी लाज रखो सच्चे पातशाह तुहाडा बाणा पाया है संसार विच। सच्चे पातशाह जे मेथों कोई भुल होई तां लोक उलांभा देणगे गुरु गोबिंद सिंह साहिब दा सिंह हो करके की करदा है। सच्चे पातशाह जी महाराज अपने नाम दी लाज रख लो मेरे मन विचों विषयां दी ललक जिहड़ी है छड़ा दिओ महाराज विषय छुट जान मेरे मन दे अंदरों। लोह ते हेम इरंड ते चंदन सच्चे पातशाह आप ता ऐसे पारस हो लोहे तो सच्चे पातशाह हेम सोना कर देण वाले हो। धन गुरु गोबिंद सिंह सच्चे पातशाह जी महाराज दे चरणा दे विच एक व्यापारी सिख ने ना वह जदों घेरा पिया सी श्री आनंदपुर साहब नूं पारस लिया के भेट किया कहन लगा महाराज इस पारस नाल सोना बना बना करके आपां महाराज बड़ी सारी रस्त अंदर लिया के आ सकते हैं खरीद करके बहुत सारे मुगलों नूं भी खरीद लांगे। सच्चे पातशाह जी अगे पारस भेट किया हजूर ने खूह विच सिट दिता। वह बड़ा सिख हैरान होया मन विच सोचदा कि शायद गुरु साहब नूं पता नहीं सीगा कि यह पारस वह महाराज ने पत्थर जान के सिट दिता है। सच्चे पातशाह का फुरना जान करके कहिंदे भाई सिखा वेख खूह विच जिहड़ा तेरा कोई पारस है तो वह पछाण के कढ लै। जदों ने खूह विच निगाह पाई सारा खूह ही पारसा नाल भरिया होया दिसिया बहुत चित विस्माद हो गया। फिर सच्चे पातशाह जी महाराज हथ सुचे कर रहे सी गरीब नवाज सच्चे पातशाह जी हजूर दे कर कमलों नूं शो करके जिहड़ा जल धरती ते डिग्गिया सी उन्नी सारी धरती सोने दी उन्हूं दिखाती सच्चे पातशाह ने। उन्हूं पता लग गया कि गुरु साहब तो वड्डा होर कोई पारस नहीं। सच्चे पातशाह जी महाराज जे चाहुण ना ते महाराज सच्चे पातशाह जी प्रतख भी धरती नूं सड़े हुए लोहे नूं सोना कर सकदे है। गुर पारस हम लोह सच्चे पातशाह पारस दी न्याई है साडे मन वकारी लोहे दी न्याई है जिन्हां नूं वकारां दा जंगाल लग्गिया पिया है। हे सच्चे पातशाह महाराज तुसी ही इको एक ऐसे पारस वो मेरे वकारां विच सड़े हुए गले हुए जंगाल खादे हुए महाराज मन नूं सोने दी तरह शुद्ध कर सकदे हो। आप कृपा करके महाराज मैनू सरूप दा ज्ञान बख्श दिओ पापां तो रखिया कर लो। इरंड ते चंदन फिर जिहड़ी इरंड हुंदी है निकम्मी हुंदी है
ਉਹ ਚੰਦਨ ਦੇ ਨੇੜੇ ਹੋਵੇ ਤੇ ਚੰਦਨ ਨੂੰ ਫਿਰ ਲਾਜ ਹੁੰਦੀ ਹੈ ਕਿ ਮੇਰੇ ਨੇੜੇ ਹੈ। ਇਸ ਕਰਕੇ ਫਿਰ ਰੰਡ ਵੀ ਚੰਦਨ ਵਰਗੀ ਖੁਸ਼ਬੋ ਦੇਣ ਲੱਗ ਜਾਂਦੀ ਹੈ। ਸੱਚੇ ਪਾਤਸ਼ਾਹ ਹਾਂ ਤਾਂ ਰੰਡ ਵਰਗੇ ਨਿਕੰਮੇ ਮਹਾਰਾਜ ਕਿਸੇ ਵੀ ਕੰਮ ਜੋਗੇ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਨਾ ਘਰ ਜੋਗੇ ਨਾ ਘਾਟ ਜੋਗੇ ਰਹੇ, ਨਾ ਬਾਹਰ ਜੋਗੇ ਨਾ ਅੰਦਰ ਜੋਗੇ ਰਹੇ। ਸੱਚੇ ਪਾਤਸ਼ਾਹ ਮਹਾਰਾਜ ਇਹ ਤਾਂ ਤੁਹਾਨੂੰ ਲਾਜ ਹੈ ਨਾ। ਸੱਚੇ ਪਾਤਸ਼ਾਹ ਜੀ ਆਪ ਜੀ ਦਾ ਬਾਣਾ ਪੈ ਰਿਹਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਵੀ ਭਗਤੀ ਦੀ ਖੁਸ਼ਬੋ ਨਾਲ ਮਹਿਕਣ ਲਾ ਦਿਓ। ਮਿਹਰ ਕਰੋ ਸੱਚੇ ਪਾਤਸ਼ਾਹ, ਜਿਵੇਂ ਚੰਦਨ ਦੇ ਨੇੜੇ ਅਰੰਡ ਹੋਵੇ ਉਹ ਵੀ ਚੰਦਨ ਦੀ ਖੁਸ਼ਬੋ ਨਾਲ ਮਹਿਕਣ ਲੱਗ ਜਾਂਦੀ ਹੈ। ਆਪ ਜੀ ਦੇ ਸੱਚੇ ਪਾਤਸ਼ਾਹ ਜੀ ਬਾਣੀ ਬਾਣੇ ਨੂੰ ਧਾਰਨ ਕੀਤਾ, ਕਿਰਪਾ ਕਰਕੇ ਭਗਤੀ ਦੀ ਖੁਸ਼ਬੋ ਪਾ ਦਿਓ। ਤੁਸੀਂ ਹੋ ਇੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਰੰਡ ਵਰਗੇ ਨਿਕੰਮਿਆਂ ਨੂੰ ਭਗਤੀ ਦੀ ਖੁਸ਼ਬੋ ਨਾਲ ਨਿਹਾਲ ਕਰ ਸਕਦੇ ਹੋ। ਮਹਾਰਾਜ ਪਾਪੀਆਂ ਨੂੰ ਸੜੇ ਹੋਏ ਲੋਹੇ ਵਰਗੇ ਜਿਹੜੇ ਮਨ ਹੈ ਉਹਨਾਂ ਨੂੰ ਚੰਦਨ ਵਰਗੇ ਸ਼ੁੱਧ, ਵਾਹਿਗੁਰੂ ਸੋਨੇ ਵਰਗੇ ਸ਼ੁੱਧ ਕਰ ਸਕਦੇ ਹੋ। ਸਰੂਪ ਦਾ ਗਿਆਨ ਦੇ ਕਰਕੇ ਨਿਹਾਲ ਕਰ ਸਕਦੇ ਹੋ। ਮਾਨੁਖ ਤੇ ਸੁਰ ਤੁਸੀਂ ਬਣਾਵਤ, ਸੱਚੇ ਪਾਤਸ਼ਾਹ ਮਨੁੱਖਾਂ ਨੂੰ ਦੇਵਤੇ ਬਣਾ ਸਕਦੇ ਹੋ। ਸੱਚੇ ਪਾਤਸ਼ਾਹ ਜੀ ਇਹ ਇਸ ਪ੍ਰਕਾਰ ਆਪ ਨੂੰ ਦੇਰ ਨਹੀਂ ਲੱਗਦੀ, ਛਿਣ ਮਾਤਰ ਸਮੇਂ ਦੇ ਅੰਦਰ ਹੀ ਮਨੁੱਖਾਂ ਤੋਂ ਦੇਵਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਬਣਾ ਦਿੰਦੇ ਹੋ। ਇਸੇ ਪ੍ਰਕਾਰ ਹੀ ਮਾਨੁਖ ਤੇ ਸੁਰ ਤੁਸੀਂ ਬਣਾਵਤ, ਤੁਸੀਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਨੁੱਖ ਬਿਰਤੀ ਤੋਂ ਸੁਰ ਦੇਵ ਬਿਰਤੀ ਸੱਚੇ ਪਾਤਸ਼ਾਹ ਬਣਾ ਦਿੰਦੇ ਹੋ। ਮਿਹਰ ਕਰਕੇ ਪ੍ਰਕਾਸ਼ ਬਿਰਤੀ ਬਖਸ਼ਿਸ਼ ਕਰ ਦਿੰਦੇ ਹੋ। ਬਿਰਤੀ ਵਿੱਚ ਮਹਾਰਾਜ ਨਿਰੰਕਾਰ ਦਾ ਸਰੂਪ ਆਪ ਬਖਸ਼ਿਸ਼ ਕਰ ਦਿੰਦੇ ਹੋ। ਕਬਿਤ ਸੁੰਦਰਤਾ ਸਾਲ ਕਰ ਕਰਬ ਵਿਸਾਲ ਕਰ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ ਦੀ ਸਡੌਲਤਾ ਹੁਣ ਦੱਸਦੇ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਸਰੀਰ ਕਰਕੇ ਵੀ ਕੈਸੇ ਬਲੀ ਬਲਵਾਨ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਆਪਣੇ ਜੀਵਨ ਦੇ ਅੰਦਰ ਜਦੋਂ ਆਪਾਂ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਇਹ ਸਾਨੂੰ ਸਾਹਮਣੇ ਇਹ ਗੱਲ ਆਵੇਗੀ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਸਰੀਰ ਦੇ ਜਿਹੜੇ ਆ ਕਸਰਤ ਵਾਸਤੇ ਬਹੁਤ ਬਹੁਤ ਸਮਾਂ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਸੱਚੇ ਪਾਤਸ਼ਾਹ ਜੀ ਮਹਾਰਾਜ। ਗਰੀਬ ਨਿਵਾਜ ਸਤਿਗੁਰੂ ਦੀਆਂ ਭੁਜਾਵਾਂ ਕੈਸੀਆਂ ਹਨ, ਸੱਚੇ ਪਾਤਸ਼ਾਹ ਜੀ ਦੇ ਜਿਹੜੇ ਹਸਤ ਕਮਲ ਹਨ ਕੈਸੇ ਬਲਵਾਨ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਕਬਜ਼ੇ ਦੇ ਉੱਤੇ ਹੱਥ ਧਰਦੇ ਹੈ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਹੱਥ ਜਦੋਂ ਸ੍ਰੀ ਸਾਹਿਬ ਦੇ ਕਬਜ਼ੇ ਵੱਲ ਨੂੰ ਜਾਂਦਾ ਹੈ, ਦਸਾਂ ਦਿਸ਼ਾਵਾਂ ਦੇ ਦਿੱਗਪਾਲ ਕੰਮ ਦੇ ਕੇ ਸੱਚੇ ਪਾਤਸ਼ਾਹ ਮਹਾਰਾਜ ਦਾ ਹਸਤ ਕਮਲ ਤੇਗੇ ਦੇ ਮੁੱਠੇ ਵੱਲ ਨੂੰ ਕਿਉਂ ਗਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਬਲੀ ਬਲਵਾਨ ਹਨ। ਮਹਾਰਾਜ ਦੇ ਸਰੀਰ ਦੇ ਬਲ ਦਾ ਨਿਰੂਪਣ ਕਰਦਿਆਂ ਹੋਇਆਂ ਕਵੀਰਾਜ ਇਉਂ ਤਸਵੀਰ ਖਿੱਚਦੇ ਹਨ। ਸੁੰਦਰਤਾ ਸਾਲ ਕਰ ਕਰਬ ਵਿਸਾਲ ਕਰ, ਹੇ ਸੱਚੇ ਪਾਤਸ਼ਾਹ ਆਪ ਸੁੰਦਰਤਾ ਦਾ ਸਾਲ ਘਰ ਹੀ ਹੋ। ਸਾਰੀ ਕਾਇਨਾਤ ਨੂੰ, ਸਾਰੀ ਕਾਇਨਾਤ ਦੀ ਸੁੰਦਰਤਾ ਨੂੰ ਇੱਕ ਥਾਂ 'ਤੇ ਇਕੱਠਿਆਂ ਕਰ ਦਿਓ ਅਤੇ ਉਸ ਦਾ ਨਾਮ ਕੀ ਹੈ? ਉਹ ਸੁੰਦਰਤਾ ਦਾ ਨਾਮ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਇੰਨੇ ਸੁੰਦਰ ਸਰੂਪ ਸੱਚੇ ਪਾਤਸ਼ਾਹ ਜੀ, ਗਰੀਬ ਨਿਵਾਜ ਆਪ ਸੁੰਦਰਤਾ ਦਾ ਸਾਲ ਘਰ ਹੋ ਅਤੇ ਆਪ ਜੀ ਦੇ ਕਰ ਜਿਹੜੇ ਹੱਥ ਹਨ, ਆਪ ਜੀ ਦੀਆਂ ਜਿਹੜੀਆਂ ਭੁਜਾਵਾਂ ਹਨ ਉਹ ਕਰਬ ਵਿਸਾਲ ਕਰ। ਕਰਬ ਕਹਿੰਦੇ ਆ ਹਾਥੀ ਦੇ ਬੱਚੇ ਨੂੰ, ਭਾਵ ਜਵਾਨ ਹਾਥੀ, ਬਿਰਧ ਹਾਥੀ ਨਹੀਂ ਜਵਾਨ ਹਾਥੀ। ਉਸ ਦੀ ਜਿਹੜੀ ਸੁੰਡ ਕਿੱਡੀ ਬਲਵਾਨ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਉਸ ਦੀ ਸੁੰਡ ਵਰਗੀਆਂ ਆਪਦੀਆਂ ਭੁਜਾਵਾਂ ਹਨ ਸੱਚੇ ਪਾਤਸ਼ਾਹ, ਹਾਥੀ ਦੀਆਂ ਸੁੰਡ ਵਰਗੀਆਂ ਆਪਦੀਆਂ ਬਲਵਾਨ ਭੁਜਾਵਾਂ ਹਨ। ਕਰ ਮਤ ਚਾਲ ਤਰ ਤੁਰਕਨ ਤੋਰੀਆ, ਸੱਚੇ ਪਾਤਸ਼ਾਹ ਫਿਰ ਮਸਤ ਚਾਲ ਆਪ ਚੱਲਣ ਵਾਲੇ ਹੋ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਅਲੰਕਾਰ ਕਵੀਰਾਜ ਜੀ ਦਿੰਦੇ ਹੈ ਕਿਉਂਕਿ ਕਹਿੰਦੇ ਜਦੋਂ ਹਾਥੀ ਤੁਰਦਾ ਹੋਵੇ ਨਾ ਤਾਂ ਆਪਣੀ ਮਸਤ ਚਾਲ ਹੀ ਚੱਲਦਾ ਰਹਿੰਦਾ ਹੈ, ਲਾਗੇ ਭਾਵੇਂ ਉਹਦੇ ਕੁੱਤੇ ਆ ਕਰਕੇ ਕਿੰਨਾ ਭੌਂਕਦੇ ਹੈ ਅਤੇ ਉਹ ਆਪਣੀ ਮਸਤ ਚਾਲ ਵਿੱਚ ਚੱਲਦਾ ਹੀ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਐਸੀ ਮਸਤ ਚਾਲ ਨੂੰ ਚੱਲਣ ਵਾਲੇ ਹੋ, ਕਦੇ ਤਾਂ ਆ ਕਰਕੇ ਖਬਰਾਂ ਮਿਲਦੀਆਂ ਮਹਾਰਾਜ ਪਹਾੜੀਆਂ ਦਾ ਜਿਹੜਾ ਖੂਨੀ ਹਾਥੀ ਆ ਉਹ ਚੜ੍ਹ ਕੇ ਆ ਰਿਹਾ ਮਹਾਰਾਜ ਕੋਈ ਵਿਉਂਤ ਬਣਾਈਏ, ਕਦੇ ਕੋਈ ਖਬਰ ਮਿਲਦੀ ਮਹਾਰਾਜ ਕੋਈ ਸ਼ਹਿਜ਼ਾਦਾ ਚੜ੍ਹ ਕੇ ਆ ਗਿਆ, ਕਦੀ ਕੋਈ ਪਹਾੜੀ ਰਾਜਾ ਚੜ੍ਹ ਕੇ ਆ ਗਿਆ, ਕਦੇ ਵਜ਼ੀਰ ਖਾਨ ਸਰਹੰਦ ਦੇ ਸੂਬੇ ਨੇ ਹਮਲਾ ਬੋਲ ਦਿੱਤਾ।
सच्चे पातशाह खबरां तां आउंदियां आप दे कोल पर आप अपनी मस्त चाल ही चलदे हो। रोज दीवान सजदा है आवासा दी वार तखत ते सुभायमान हो के सुनदे हो। फिर सोदर दी चौंकी ते विच आप जी महाराज तखत ते सजदे हो। शाम नूं सच्चे पातशाह आप आराम करन वास्ते महलां विच चले जाने हो। गरीब नवाज सच्चे पातशाह उवें ही आप अपने सिंघां नाल हसदे खेडदे बचन बलास करदे हो, मस्त चाल आप चलदे हो। आप जी दे किसे प्रकार कोई जीवन दे अंदर कोई इहो जिहा फर्क नहीं पैंदा किसे जालम दे चढ़ के आउण करके। महाराज कहिंदे जदों शहजादे दा आगमन होया ते बहुत सारा जिहड़े पहाड़ी राजे डर गए, सानू भी महाराज कहिंदे लोकां ने बहुत ज़्यादा डरावना कीता, पर सच्चे पातशाह कहिंदे वाहिगुरू ने साडी रक्षा कीती। ये गरीब नवाज सच्चे पातशाह अपनी बाणी विच भी लिखदे है, महाराज आप मस्त चाल चलण वाले हो, किसे प्रकार आप नू कोई परवाह नहीं, आप दे खालसे नू कोई परवाह नहीं, इहो जी आप जी ने पंथ प्रगट कीता है। इस प्रकार कहिंदे हन कर मत चाल तर तुरकन तोरिया। यो मस्त चाल दे चलण वाले हो सच्चे पातशाह, ते तुरकां रूपी जिहड़ा वृक्ष वै ना उह आपने तोड़ सटिया मल सटिया, जिवें हाथी अपनी सुंड दे नाल रुख नू जिहड़ा है जड़ों पुट दिंदा ना, इउं सच्चे पातशाह महाराज आप जी ने तुरकां रूपी वृक्ष नू जड़ों ही उखेड़ दिता है। हिंद अव लिंब तारे भव निध अंब सब। हिंद अव लंब तारे, सच्चे पातशाह जिहड़ी हिंद वै इहनू अपना अवलंब आसरा दे करके आपने तारिया है। डुबदी जांदी हिंद नू सच्चे पातशाह आप जी ने आसरा दिता है, नहीं तो नुरंगे ने सब पासे बांगा बोलन ला देने सीगे। जिहड़े अज बड़ा माण करदे आ ना कि इस प्रकार साडा धर्म बड़ा विलखण वै, ये नुरंगे दे सामने कोई हौंसला नहीं सी करदा, सब देवी देवते भी छपन हो गए सी। ये तां धन गुरु गोबिंद सिंह सच्चे पातशाह महाराज आप जी ने अपना आसरा हिंद नूं देना कीता, डुबदी हुई हिंद नूं बचा लिया सच्चे पातशाह। हिंद अवलंब तारे, अपना आसरा दे करके महाराज तारना कीते। भव निध अंब सब, ते महाराज भव निध जिहड़ा संसार समुंदर वै इहदे अंदर जिहड़ा पदार्थां रूपी अंब पाणी है उहदे विचों सारे तार दित्ते, जिहड़ा आप जी दे आसरे नूं प्राप्त कर गया, जिहड़ा शरण आ गया सच्चे पातशाह, उहनां नूं आप ने संसार समुंदर दे अंदर पदार्थां रूपी जल विच नहीं डुबण दिता। दुष्ट दंड हर रूप गोर मोरिया। महाराज आप दुष्टां नूं दंड देण वाले हो, हरी दा स्वरूप हो मेरे गुरु गोबिंद सिंह सच्चे पातशाह। धन गुरु गोबिंद सिंह साहब जी दे पवित्र दर्शनां ते मेहर करदे आ कविराज, कहिंदे हन मेरे हन गुरु गोबिंद सिंह सच्चे पातशाह जी, किन्ना प्यार करदे आ सच्चे पातशाह जी दे उस स्वरूप दे नाल। धन हन कविराज कवि भाई संतोख सिंह जी जिन्हां नूं ऐसा प्यार गुरु गोबिंद सिंह सच्चे पातशाह जी महाराज बख्शिया है। महाराज आप दुष्टां नूं पापियां नूं दंड देण वाले हो, ऐसे हरी दा स्वरूप हन मेरे गुरु गोबिंद सिंह सच्चे पातशाह जी महाराज। किंकर उतार पार दीजिए दीदार निज। महाराज अपना किंकर दास जान करके मैनू भी संसार समुंदर तो पार कर दियो, अपना दर्शन बख्श दियो। लागी तेरे नाम तार छोरी आस होरिया। महाराज आप जी दे नाम दी लिव लग गई मेरे अंदर, होर सारियां आसां मैं छड्ड दित्तियां ने, कोई मैनू आस नहीं। ਭਾਵੇਂ ਕਿ ਕਵੀਰਾਜ ਬਹੁਤ ਅਮੀਰ ਵੀ ਹੋਏ, ਫਿਰ ਜਦੋਂ ਕੈਂਥਲ ਵਿੱਚ ਨੌਕਰੀ ਕੀਤੀ ਹੈ, ਕਹਿੰਦੇ ਉਹ ਹਵੇਲੀ ਸੀ ਕਵੀਰਾਜ ਦੇ ਕੋਲ ਜਿਨ੍ਹਾਂ ਦਰਵਾਜ਼ਿਆਂ ਵਿੱਚੋਂ ਹਾਥੀ ਅੰਬਾਰੀਆਂ ਸਮੇਤ ਲੰਘ ਜਾਂਦੇ ਸੀ, ਐਡੀ ਅਮੀਰੀ ਵੀ ਵੇਖੀ ਹੈ ਕਵੀਰਾਜ ਜੀ ਨੇ, ਪਰ ਉਸ ਅਮੀਰੀ ਦਾ ਮਾਣ ਨਹੀਂ ਰੱਖਿਆ ਕਿ ਮਹਾਰਾਜ ਹੋਰ ਸਾਰੀਆਂ ਹੀ ਆਸਾਂ ਛੱਡ ਦਿੱਤੀਆਂ। ਮਹਾਰਾਜ ਇੱਕ ਆਪ ਜੀ ਦੀ ਆਸ ਹੈ ਸੱਚੇ ਪਾਤਸ਼ਾਹ, ਹੋਰ ਸਾਰੀਆਂ ਹੀ ਮੇਰੇ ਅੰਦਰੋਂ ਆਸਾਂ ਚੁੱਕ ਗਈਆਂ ਹਨ। ਪਰਿਓ ਦਰਬਾਰ ਸਭੈ ਥਾਂ ਨਿਰਧਾਰ ਕਰ। ਮਹਾਰਾਜ ਸਾਰੇ ਥਾਵਾਂ ਨੂੰ ਮੈਂ ਜਿਹੜਾ ਨਾ ਘੋਖ ਕੇ ਵੇਖ ਲਿਆ ਹੈ, ਪਰਖ ਕੇ ਵੇਖ ਲਿਆ ਸੱਚੇ ਪਾਤਸ਼ਾਹ, ਸਾਰੇ ਹੀ ਥਾਂ ਝੂਠੇ ਹੈ, ਇੱਕ ਆਪਦਾ ਦਰ ਸੱਚਾ ਹੈ ਸੱਚੇ ਪਾਤਸ਼ਾਹ। ਇਸ ਕਰਕੇ ਨਿਰਧਾਰ ਨਿਰਣੇ ਕਰਕੇ ਮਹਾਰਾਜ ਮੈਂ ਆਪ ਜੀ ਦੇ ਦਰ ਤੇ ਆ ਕਰਕੇ ਪੈ ਗਿਆ ਹਾਂ, ਸਭ ਦੁਆਰ ਛੱਡ ਕਰਕੇ ਕਾਬ ਦਾ ਦੁਆਰਾ ਪਕੜ ਲਿਆ ਏ। ਮੋਖ ਕੇ ਉਦਾਰ ਤੁਮ ਨਮੋ ਕਰ ਜੋਰੀਆ। ਆਪ ਮਹਾਰਾਜ ਮੋਖ ਮੁਕਤੀ ਦੇ ਉਦਾਰ ਦਾਤਾ ਹੋ, ਨਮੋ ਕਰ ਜੋਰੀਆ, ਦੋਵੇਂ ਹੱਥ ਜੋੜ ਕਰਕੇ ਮਹਾਰਾਜ
मेरी गरीब दी आपदे चरणा विच नमस्कार है। दोवें हाथ जोड़ करके आपदे चरणा विच महाराज मैं मथा टेकदा नमस्कार करदा हाँ। यह कविराज जी ने गुरु गोबिंद सिंह सच्चे पातशाह जी महाराज दे पवित्र जो ध्यान विच दर्शन करदे हन उन्हां दर्शनां दीआं तस्वीरां खिंचीआं कि महाराज का कैसा राजिआं वर्गा पवित्र सरूप जिहड़ा है वह सतगुरु जदों तख्त ते बैठदे आ ते कैसा प्रभाव कैसी शोभा सच्चे पातशाह जी महाराज जी दी जिवें राजे अपना दरबार सजाउंदे आ ना सच्चे पातशाह जी महाराज दे दरबार दी इहो जी शोभा है कि नरंगा भी सुन सुन के बड़ा हैरान हुंदा है। सच्चे पातशाह जी महाराज दे दरबार विच ओ राजा रतन राय ने प्रसादी हाथी भेट कीता सी, पंचकला शस्त्र भेट कीता सी, चंदन दी चौंकी भेट कीती सी, ਇਹ ਭੀਮ ਚੰਦ ਉਹਦੇ 'ਤੇ ਲਲਾਂ ਸਿੱਟੀ ਜਾਂਦਾ ਸੀ। ਇੰਨਾ ਜ਼ਿਆਦਾ ਤਰਸਿਆ ਮਹਾਰਾਜ ਦੇ ਕੋਲੋਂ ਛਲ ਕਪਟ ਦੇ ਨਾਲ ਮੰਗਦਾ ਰਿਹਾ ਪਰ ਸੱਚੇ ਪਾਤਸ਼ਾਹ ਮਹਾਰਾਜ ਨੇ ਛਲ ਅਤੇ ਕਪਟ ਨਾਲ ਹੁਣ ਗੁਰੂ ਜੀ ਦੇ ਨਾਲ ਛਲ ਕਪਟ ਕਿਵੇਂ ਪਹੁੰਚ ਸਕਦਾ ਹੈ? ਕਿਸੇ ਮਨੁੱਖ ਨੂੰ ਤਾਂ ਛਲਿਆ ਜਾ ਸਕਦਾ ਪਰ ਪੂਰੇ ਗੁਰੂ ਜੀ ਨੂੰ ਕਿਵੇਂ ਛਲਿਆ ਜਾ ਸਕਦਾ? ਐਸੀ ਸੋਭਾ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਦੀ ਕਿ ਪਹਾੜੀ ਰਾਜੇ ਵੀ ਵੇਖ ਵੇਖ ਕਰਕੇ ਹੈਰਾਨ ਹੁੰਦੇ। सच्चे पातशाह जी महाराज का एहो जिहा सुंदर स्वरूप कविराज जी अपने ध्यान में दर्शन करते हैं, वीर रसी स्वरूप का चित्रण करते हैं, फिर नीले दे साह सवार धन गुरु गोबिंद सिंह सच्चे पातशाह हजूर का घोड़े ते चढ़िया होया भी दर्शन कविराज जी करते हैं। कैसी सच्चे पातशाह ने आप नूं अमृत दृष्टि दिती है, किन्ना सुचा रिदा महाराज ने बख्शिश किया है कि सच्चे पातशाह जी का आप ध्यान में भी दर्शन करते हैं। आप जी का सच्चे पातशाह जी ने इहो जिहा मन सुचा कर दिता है कि सच्चे पातशाह जी की याद सदा ही कविराज जी के मन में बनी रहिंदी है। इउं कविराज हुण अगे अपने विद्या दाते दा मंगल करनगे। जिन्हां कोल कविराज जी ने विद्या पढ़ी है ये ब्रह्म विद्या प्राप्त करके एडे महान ग्रंथां की सिरजना की है, अपने विद्या दाते विद्या गुरु जो हन ज्ञानी संत सिंह जी उन्हां दे नाम दा मंगलाचरण करनगे कि उन्हां दी रोज़ दी क्रिया कैसी है, उन्हां दा स्वरूप कैसा है। तो कविराज जिवें उन्हां दे नाम दा मंगलाचरण करनगे कल नूं इह कथा आपां अगे सरवण करांगे। हुईआं भुल्लां बख्श लैणियां अगे वास्ते समत बख्शणी जी। किंकर उतार पार दीजिए दीदार निज, लागी तेरे नाम तार छोरी आस होरिया, परयो दरबार सबै थाव निरतार कर, मोख के उदार तुम नमो कर जोरिया। वाहे गुरु जी का खालसा, वाहे गुरु जी की फतेह, अचुत हे पार ब्रह्म अविनाशी अगनास, हे पूरन हे सर्ब मैं दुख भंजन गुण तास, हे संगी हे निरंकार हे निर्गुण सब टेक, हे गोविंद हे गुण निधान जाकै सदा बेक, हे अपरंपर हर हरे है पी होवन, हे संत कै सदा संग निदार आधार, हे ठाकुर हौं दास रो मैं निर्गुण गुण नहीं कोए, नानक दीजै नाम दान राखौ हिय आए, प्रभ शरणागति कृपा निद दयाल, एक अखर हर मन बस्त नानक होत निहाल, वाहिगुरु नाम जहाज है चढ़े सो उतरे पार, जो श्रद्धा कर सेम दे गुर पार उतारन हार।
कथा निता प्रत होत है सुनो सो सिंह सुजान नानक गुरु गोविंद सिंह जी सदा कर कल्याण नानक गुरु गोविंद सिंह जी सदा कर कल्याण वाहे गुरु जी का खालसा वाहे गुरु जी की फतेह।